ਹਾਂਜੀ ਦੋਸਤੋ, ਕੀ ਹਾਲ ਤੁਹਾਡਾ ਸਭ ਦਾ? ਅਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਵੀ ਇਹਦੇ ਵਿੱਚ ਜਿਹੜਾ ਕੰਡਕਟ ਬ੍ਰੇਕਰ ਪੁਆਇੰਟ ਹੁੰਦਾ ਨਾ, ਉਹਨੂੰ ਫਿਟਿੰਗ ਕਿੱਦਾਂ ਕਰੀਦੀ ਉਹਦੀ, ਅਤੇ ਉਹਨੂੰ ਕਿੱਦਾਂ ਮਤਲਬ ਲਾਗੇ ਦੂਰ ਕਰਕੇ ਅਤੇ ਜਿਹੜੀ ਸਾਊਂਡ ਦੇ ਵਿੱਚ ਵੀ ਫਰਕ ਪੈਂਦਾ ਵਾ, ਟਾਈਮਿੰਗ ਜਿੱਦਾਂ ਬਣਦੀ ਆ, ਉਹ ਚੀਜ਼ ਵੀ ਤੁਹਾਨੂੰ ਇਹਦੇ ਵਿੱਚ ਵਿਖਾ ਦਿੰਦੇ ਹਾਂ। ਪੁਆਇੰਟ ਜਿਹਦੀ ਮੈਂ ਗੱਲ ਕਰਨ ਡਿਆ ਅਤੇ ਆਹ ਵਸਲਾ ਵੀ ਨਾਲ ਪਾਵਾਂਗੇ। ਆਹ ਕੁਹਾ ਹੁੰਦੀ ਹੈ ਜਿਹੜੀ ਡਿਸਟ੍ਰੀਬਿਊਟਰ ਗੇਮ ਨਹੀਂ ਹੁੰਦੀ, ਇਹਦੇ ਵਿੱਚ ਆਹ ਕੁਹਾੜੀ ਐਡਵਾਂਸ ਟਾਇਰ ਵਾਲਾ ਪਲੇ ਹੁੰਦਾ ਜਿਹੜਾ, ਅਤੇ ਪਲੇਟ ਆਪਾਂ ਕੱਢ ਲਈ ਆ, ਹੁਣ ਤਾਂ ਆਹ ਚੀਜ਼ ਆਪਾਂ ਪਾਉਣੀ ਹੈ ਨਾ। ਆਹ ਕੋ ਪੁਆਇੰਟ ਪਲੇਟ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਨਾ ਆਹ ਜਿਹੜਾ ਪਿਛਲਾ ਹੁੰਦਾ ਨਾ, ਇਹਨੂੰ ਪਹਿਲਾਂ ਫਿੱਟ ਕਰਨਾ, ਇਹਨੂੰ ਐਂ ਕਰਕੇ ਨਾ, ਆਹੋ ਇੱਦਾਂ ਕਰਕੇ, ਠੀਕ ਆ। ਅਤੇ ਇਸ ਦੇ ਉੱਤੇ ਚੜ੍ਹਨੀ, ਇਹਦੇ ਨਾਲ ਵਾਸਲ ਜਿਹੜੀ ਦਿੱਤੀ ਹੁੰਦੀ ਉਹਨਾਂ ਨੇ, ਆਹ ਉਸ ਤੋਂ ਉੱਪਰ ਲਾਸਟ ਦੀ ਤਾਂ ਆਹ ਚੜ੍ਹਨਾ, ਅਤੇ ਇਹਨੂੰ ਚੜ੍ਹਾਉਣ ਦਾ ਤਰੀਕਾ ਜਿਹੜਾ ਵਾ ਵਾ, ਆਹ ਵੇਖੋ ਹੁਣ ਪੁਆਇੰਟ ਇੱਦਾਂ ਕਰਕੇ ਨਾ ਫਿੱਟ ਕਰਤਾ ਵਾ ਪੂਰਾ, ਇਹਦਾ ਵੇਖ ਲਈਦਾ ਹੁੰਦਾ ਵੀ ਗੈਪ ਪੂਰਾ ਨਾ, ਹਲੇ ਨੋਰਮਲ 'ਚ ਰੱਖਣਾ ਵਾ, ਜਦੋਂ ਉਹਦੇ ਵਿੱਚ ਲਾਵਾਂਗੇ ਤਾਂ ਫਿਰ ਇਹਦਾ ਗੈਪ ਰੱਖਣਾ। ਹੁਣ ਪਲੇਟ ਜਿਹੜੀ ਆ ਲਾਉਣਾ, ਇਹਦੇ ਵਿੱਚ ਫਿੱਟ ਕਰਨਾ ਪਹਿਲਾਂ, ਇਹ ਹਮੇਸ਼ਾ ਐਡਵਾਂਸ ਪੁਆਇੰਟ ਤੋਂ, ਅਤੇ ਫਿਰ ਇਹਦਾ ਉਹ ਗੈਪ ਕਿੰਨਾ ਜ਼ਿਆਦਾ ਵਾ, ਗੈਪ ਖੜ ਇੰਨਾ ਗੈਪ ਨਹੀਂ ਹੁੰਦਾ ਮੋਟਰਸਾਈਕਲ ਦਾ, ਅਤੇ ਇਹਨੂੰ ਅਸੀਂ ਘਟਾਵਾਂਗੇ ਹੁਣ। ਅਤੇ ਸਭ ਤੋਂ ਪਹਿਲਾਂ ਤਾਂ ਇੰਨੇ ਕੁ ਗੈਪ ਨਾਲ ਅਸੀਂ ਮੋਟਰਸਾਈਕਲ ਜਿਹੜਾ ਸਟਾਰਟ ਕਰਾਂਗੇ, ਬਸ ਆਹ ਗੈਪ 'ਚ ਥੱਲੇ ਨਹੀਂ ਆਉਣ ਡਿਆ, ਉਹ ਆਹ ਗੈਪ 'ਚ ਮੋਟਰਸਾਈਕਲ ਨਾ, ਅਤੇ ਇਹਦੀ ਐਡਜਸਟਮੈਂਟ ਬੜੀ ਔਖੀ ਹੈ ਯਾਰ, ਇੱਥੇ ਕਿ ਜੇ ਮੋਟਰਸਾਈਕਲ ਸਟਾਰਟ ਕਰ ਲਾਂਗੇ ਆਪਾਂ ਇੱਥੇ, ਫਿਰ ਇਹਦਾ ਗੈਪ ਜਿਹੜਾ ਵਧਾਉਣਾ ਘਟਾਉਣਾ ਉੱਥੋਂ ਵੇਖਾਂਗੇ, ਵਧਣਾ ਤਾਂ ਨਹੀਂ ਘਟਣਾ ਹੀ ਆ ਗੈਪ। ਹੁਣ ਹੁਣ ਅਸੀਂ ਨਾ ਬੜੇ ਵਾਸਲਾਂ ਜਿਹੜੀਆਂ ਤੁਹਾਨੂੰ ਵਿਖਾ ਲਈਆਂ ਨਾ, ਇੱਥੇ ਪਈਆਂ ਜਿਹੜੀਆਂ, ਅਤੇ ਆਹ ਵੇਖੋ ਆਹ ਦੋ ਵਾਸਲਾਂ, ਇਹ ਆਹ ਚੀਜ਼ ਇਹਦੇ ਵਿੱਚ ਫਿੱਟ ਕਰਕੇ ਨਾ, ਅਤੇ ਫਿਰ ਇਹਦੇ ਵਿੱਚ ਇੱਦਾਂ ਕਰੀ ਫਿਟਿੰਗ ਕਰਨੀ ਇਹਦੀ, ਐਂ ਕਰਕੇ। ਇਹ ਜਦੋਂ ਪੁਰਾਣਾ ਪੁਆਇੰਟ ਆਉਂਦੇ ਹੁੰਦੇ ਸੀ ਨਾ ਪਹਿਲਾਂ, ਅਤੇ ਉਹਨਾਂ ਵਿੱਚ ਲਾਗੇ ਹੁੰਦੀਆਂ ਹੁੰਦੀਆਂ ਸੀ, ਅਤੇ ਕਈ ਵਾਰੀ ਮਿਸਤਰੀ ਲਾ ਦਿੰਦੇ ਆ ਵੀ ਕੋਈ ਜ਼ਰੂਰਤ ਵਾ, ਪਰ ਇਹ ਵਧੀਆ ਲੱਗਦੀਆਂ ਪਿੱਛੇ ਲੱਗੀਆਂ ਨਾ, ਨਾਲ ਕੀ ਪਤਾ ਇਹਦਾ ਕੰਮ ਵੀ ਹੋਵੇ ਕੋਈ, ਹੱਲ ਇੰਨਾ ਪਤਾ ਨਹੀਂ ਆ, ਟਾਈਟਿੰਗ ਵਧੀਆ ਹੋ ਜਾਂਦੀ ਹੋਣੀ ਇਹਦੇ ਨਾਲ, ਅਤੇ ਅਸੀਂ ਸੋਚਿਆ ਵੀ ਚਲੋ ਲਾ ਦਿੰਦੇ ਹਾਂ, ਜੇ ਵੀ ਚੀਜ਼ ਪਹਿਲਾਂ ਲੱਗੀ ਸੀ ਤਾਂ ਸਾਡੇ ਵੀ ਲੱਥੀ ਸੀ ਪਹਿਲਾਂ, ਅਤੇ ਹੁਣ ਅਸੀਂ ਮੋਟਰਸਾਈਕਲ ਪਹਿਲਾਂ ਸਟਾਰਟ ਕਰਾਂਗੇ ਆਪ, ਅਤੇ ਇਹਦੀ ਕਰਾਂਗੇ ਥੋੜ੍ਹੀ ਸੈਟਿੰਗ ਜੀ ਕਿਵੇਂ ਚੱਲਣਾ ਇਹਨੇ। ਹੁਣ ਲੱਗੇ ਹਾਂ ਮੋਟਰਸਾਈਕਲ ਸਟਾਰਟ ਕਰਨ, ਅਤੇ ਗੈਪ ਗੂਪ ਵੇਖ ਲਓ ਹਲੇ ਪੁਆਇੰਟ ਐਡਵਾਂਸ ਹੋ ਆਪਣਾ, ਪਲੇਟ ਹੋ ਗਿਆ ਵਾ ਹੁਣ ਪੁਆਇੰਟ, ਥੋੜ੍ਹਾ ਜਿਹਾ ਫਰਕ ਦਿਖਦਾ ਵਾ ਇਹਦੇ ਵਿੱਚ,
ਪੁਆਇੰਟ ਇੰਸਟਾਲੇਸ਼ਨ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜ਼ਰੂਰ ਦੱਸੋ। ਅਤੇ ਆਵਾਜ਼ ਵੀ ਤੁਸੀਂ ਸੁਣ ਲਈ ਆ ਹੁਣ ਮੋਟਰਸਾਈਕਲ ਦੀ, ਅਤੇ ਇਹਦਾ ਇਹ ਹੁੰਦਾ ਵੀ ਇੱਕ ਵਾਰੀ ਜਦੋਂ ਸੈਟਿੰਗ ਕਰੀਏ ਨਾ ਉਦੋਂ ਆਵਾਜ਼ ਦਾ ਥੋੜ੍ਹਾ ਜਿਹਾ ਫਰਕ ਰਹਿੰਦਾ, ਅਤੇ ਬਾਅਦ 'ਚੋਂ ਠੰਡੇ ਹੋ ਗਏ ਦੁਬਾਰਾ ਜਦੋਂ ਹੋਣਾ ਨਾ ਇਹਨੇ ਸਟਾਰਟ, ਅਤੇ ਉਦੋਂ ਆਵਾਜ਼ ਦਾ ਜਿੱਦਾਂ ਹੋਰ ਫਰਕ ਪੈ ਜਾਣਾ। ਅਤੇ ਬਾਕੀ ਇਹੋ ਜਿਹੀ ਵੀਡੀਓ ਹੋਰ ਤੁਹਾਨੂੰ ਜੇ ਚਾਹੀਦੀਆਂ ਹੋਵੇ ਤਾਂ ਸਾਨੂੰ ਚੈਨਲ ਦੇ ਉੱਤੇ ਜ਼ਰੂਰ ਦੱਸੋ। ਤੁਹਾਡੇ ਕਮੈਂਟਾਂ ਦੇ ਜਵਾਬ ਵੀ ਮੈਨੂੰ ਦੇ ਸਕਦਾ ਹੁਣ ਇਸ ਵੀਡੀਓ ਦੇ ਵਿੱਚ ਦਿੰਦਾ। ਜਿੱਦਾਂ ਭਾਈ ਮੇਰੇ ਆਖਣ ਡੇ ਆ ਵੀ ਇਲੈਕਟ੍ਰਿਕ ਦੇ ਉੱਤੇ ਵੀਡੀਓ ਲਿਆਓ, ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਜ਼ਰੂਰ ਲਿਆਉਣ ਦੀ। ਅਤੇ ਜਿਹੜੀ ਇਲੈਕਟ੍ਰਿਕ ਦੀ ਸਾਊਂਡ ਸੈਟਿੰਗ ਆ ਅਤੇ ਉਹ ਵੀਰੇ ਥੋੜ੍ਹਾ ਕੰਮ ਮੇਰੇ ਵਾਸਤੇ ਔਖਾ ਵਾ, ਬਾਕੀ ਜੇ ਕੋਸ਼ਿਸ਼ ਕਰੂੰਗਾ ਜੇ ਮੈਂ ਤੁਹਾਨੂੰ ਵਿਖਾਲ ਸਕਿਆ, ਇਹ ਗੱਲ ਨਹੀਂ ਆ ਵੀ ਕੋਸ਼ਿਸ਼ ਨਹੀਂ ਕਰੂੰਗਾ। ਇਹਦੀ ਪੁਆਇੰਟ ਸੈਟਿੰਗ ਆ ਨਾ ਇਹਦੀ, ਕਿਉਂਕਿ ਇੱਦਾਂ ਅੰਦਰੋਂ ਨਹੀਂ ਖੋਲ੍ਹਣਾ ਪੈਂਦਾ, ਇਹਦਾ ਉੱਤੋਂ ਇੱਥੋਂ ਖੋਲ੍ਹ ਕੇ ਅਤੇ ਇੱਥੋਂ ਦੱਸ ਦੇਈਦਾ ਵੀ ਹਾਂ ਵੀ ਇੱਦਾਂ ਕਰਕੇ ਸਾਊਂਡ ਸੈਟਿੰਗ ਉਹਦੀ ਹੋ ਜਾਂਦੀ ਆ। ਅਤੇ ਇਲੈਕਟ੍ਰਿਕ ਦਾ ਤੁਹਾਨੂੰ ਦੱਸਿਆ ਸੀ ਮੈਂ, ਉਹਦੇ ਵਿੱਚ ਆਉਂਦੀ ਹੁੰਦੀ ਹੈ ਇਹਦੇ ਜਿੱਦਾਂ ਸਾਡਾ ਡੱਬਾ ਦੱਸਿਆ ਨਾ ਉਹਦਾ ਦੂਜੇ ਟਾਈਪ ਦਾ ਹੁੰਦਾ, ਅਤੇ ਉਹਦੇ ਵਿੱਚ ਆਉਂਦੀ ਹੁੰਦੀ ਹੈ ਇਹਦੀ ਕੋਇਲ ਜਿਹੜੀ ਆ ਰਗੜ ਕੇ ਉਹਦੀ ਕਟਰ ਪੈਣੇ ਜੀ, ਅਤੇ ਫਿਰ ਸੀ ਡੀ ਆਈ ਨੂੰ ਘੁਮਾਉਂਦੇ ਆ। ਅਤੇ ਬਾਕੀ ਤੁਹਾਨੂੰ ਤੇਲ ਤੂਲ ਵਾਲਾ ਵੀ ਦੱਸਿਆ ਮੈਂ, ਪਲੱਗ ਵਾਲਾ ਵੀ ਦੱਸਿਆ, ਪਲੱਗ ਦਾ ਥੋੜ੍ਹਾ ਜਿਹਾ ਗੈਪ ਜਿੱਦਾਂ ਘਟਾਈ ਦਾ ਨਾ ਨੋਰਮਲ ਜਿੰਨਾ ਹੁੰਦਾ ਵਾ, ਉਹ ਤੋਂ ਥੋੜ੍ਹਾ ਜਿਹਾ ਬਿਲਕੁਲ ਪੋਲੀ ਸੈੱਟ ਮਾਰ ਕੇ, ਅਤੇ ਜ਼ਿਆਦਾ ਨਾ ਘਟਾ ਦਿਓ, ਜ਼ਿਆਦਾ ਨਾ ਮੋਟਰਸਾਈਕਲ ਬਾਅਦ ਚੋਂ ਮਤਲਬ ਜਾਮ ਜਿਹਾ ਹੁੰਦਾ ਬੰਦਾ ਮੋਟਰਸਾਈਕਲ, ਅਤੇ ਉਹ ਫਿਰ ਪਿਕਅਪ ਪੁਕਅਪ ਮਾਰਨੀ ਨਹੀਂ ਉਹਨੇ, ਉਹਦਾ ਪਲੱਗ ਵਾਲਾ ਪੰਗਾ ਨਾ ਹੀ ਲਓ, ਉਹ ਚੰਗੀ ਗੱਲ ਹੀ ਜੇ ਨਾ ਲਓਗੇ। ਅਤੇ ਬਾਕੀ BS4 ਆ ਜਿਹੜਾ, BS4 ਦਾ ਵੀ ਸੇਮ ਹੀ ਹੈ ਜਿੱਦਾਂ ਇਲੈਕਟ੍ਰਿਕ ਬਣ ਜਾਂਦੀ ਹੈ ਨਾ ਕੋਇਲ ਉਹਦੀ ਘੁਮਾ ਕੇ CDI, ਉੱਦਾਂ ਹੀ ਉਹਦੀ ਘੁਮਾ ਕੇ ਬਣ ਜਾਂਦੀ ਆ। ਬਸ ਗੱਲ ਇਹ ਆ ਵੀ ਆਪਣਾ ਕੰਮ ਮਕੈਨਿਕੀ ਵਾਲਾ ਨਹੀਂ ਨਾ, ਆਪਣਾ ਕੰਮ ਹੁਣ ਜਦੋਂ ਆਪਣੇ ਕੋਲ ਬੁਲਟ ਜਿਹੜਾ ਮੈਂ ਉਹਦਾ ਦੱਸ ਦਿੰਦਾ ਵਾ ਤੁਹਾਨੂੰ, ਅਤੇ ਉਸ ਚੀਜ਼ ਦਾ ਕੰਮ ਤੁਹਾਨੂੰ ਹੁਣ ਮਕੈਨਿਕ ਹੀ ਜ਼ਿਆਦਾ ਵਧੀਆ ਦੱਸ ਸਕਦਾ, ਕਿਉਂਕਿ ਜਿਹੜੇ ਕਰਦੇ ਉਹ ਹੀ ਦੱਸਣਗੇ। ਅਤੇ ਬਾਕੀ ਕੋਈ ਹੋਰ ਜੇ ਚੀਜ਼ ਦੱਸੂਗੇ ਨਾ ਵੀ ਇੰਜਨ ਦੀ ਕਿੱਦਾਂ ਦੱਸਣਾ ਵੀ ਇੰਜਨ ਵੀ ਦਾ BS6 ਦਾ ਕਿੱਦਾਂ ਦਾ ਹੁੰਦਾ, ਇੰਜਨ ਤਾਂ ਬਾਈ ਜਦੋਂ ਚਾਹੀਦਾ ਵਾ ਲੈਣ ਚੀਜ਼ ਉਹਨੇ ਪਤਾ ਲੱਗ ਜਾਂਦਾ ਵਾ, ਸਿਰਫ ਆਊਟਰ ਕੰਡੀਸ਼ਨ ਨਹੀਂ ਇੰਜਨ ਦੀ ਵੇਖੀ ਦੀ ਹੁੰਦੀ, ਇੰਜਨ ਨੂੰ ਖੁਦ ਮਤਲਬ ਜਿੱਦਾਂ ਬੁਲਟ ਸਟਾਰਟ ਕਰੋ ਉਹਨੂੰ ਚਲਾ ਕੇ ਚੈੱਕ ਕਰੋ, ਅਤੇ ਦੋ ਤਿੰਨ ਚੀਜ਼ਾਂ ਮਤਲਬ ਜੇ ਤੁਸੀਂ ਲੈਣ ਗਏ ਤਾਂ ਦੋ ਤਿੰਨ ਵਾਰੀ ਮਤਲਬ ਵੱਖੋ ਵੱਖ ਚੀਜ਼ ਨੂੰ ਚਲਾ ਕੇ ਵੇਖੋ, ਤੁਹਾਨੂੰ ਆਪ ਇੰਜਨ ਦੇ ਵਿੱਚ ਡਿਫਰੈਂਸ ਦਿਖੂਗਾ, ਇੰਜਨ ਪਾਵਰ ਕਿੰਨੀ ਮਾਰਨ ਡਿਆ ਵਾ, ਇੰਜਨ ਦੀ ਸਾਊਂਡ ਕਿੱਦਾਂ ਦੀ ਆ, ਨੈਚੁਰਲ ਸਾਊਂਡ ਆ ਜਾਂ ਕੋਇਲ ਘੁਮਾ ਕੇ ਬਣਵਾਈ ਆ, ਉਹਦਾ ਸਾਰੀ ਚੀਜ਼ਾਂ ਦਾ ਆਪ ਹੀ ਇਨਫੋਰਮੇਸ਼ਨ ਰੱਖਣੀ ਪੈਂਦੀ ਹੈ, ਥੋੜ੍ਹਾ ਗਿਆਨ ਰੱਖਣਾ ਪੈਂਦਾ। ਬਾਕੀ ਜੇ ਤੁਸੀਂ ਕਹਿੰਦੇ ਨਾ ਇਹਦੀ ਕਾਰਬੋਰੇਟਰ ਸੈਟਿੰਗ, ਮੈਨੂੰ ਮੁੰਡੇ ਨੇ ਪੁੱਛਿਆ ਸੀ ਬਾਈ ਮੇਰੇ ਇੱਕ ਨੇ, ਅਤੇ ਉਹਦੀ ਹੈਗੀ ਆ ਵੀ ਆਹ ਜਿਹੜਾ ਓਇਲ ਸਕਰੂ ਆ ਇੱਥੋਂ ਅਸੀਂ RPM ਵਧਾ ਕੇ ਨਾ ਇਹਦੀ RPM ਵਧਾ ਕੇ ਅਤੇ ਫਿਰ ਆ ਓਇਲ ਸਕਰੂ ਨੂੰ ਪੂਰਾ ਪਹਿਲਾਂ ਅੰਦਰ ਬੰਦ ਕਰ ਲੈਣਾ ਵਾ, ਬੰਦ ਕਰਕੇ ਅਤੇ ਫਿਰ RPM ਫੁੱਲ ਇਹਦੀ ਕਰ ਲੈਣੀ ਨਾ, ਵਾਹਵਾ ਹੀ ਵਧਾ ਦੇਣੀ ਆ, ਫਿਰ ਇਹਨੂੰ ਹੌਲੀ ਹੌਲੀ ਖੋਲ੍ਹਣਾ ਵਾ ਬਿਲਕੁਲ ਹੌਲੀ ਹੌਲੀ, ਅਤੇ ਜਿੱਥੇ ਬਿਲਕੁਲ ਪੀਕ ਫੜ ਲੈਂਦਾ ਨਾ ਮੋਟਰਸਾਈਕਲ, ਜਿੱਥੇ ਬਹੁਤ ਜ਼ਿਆਦਾ ਮੋਟਰਸਾਈਕਲ ਦੀ ਰੇਸ ਹੋ ਜਾਂਦੀ ਆ ਆਪਣੇ ਆਪ ਹੀ, ਕਿਉਂਕਿ ਆਹ ਬੰਦ ਕੀਤੀ ਆ ਨਾ ਤੇਲ ਦੀ ਸੈਟਿੰਗ ਦੇ ਨਾਲ ਰੇਸ ਮੋਟਰਸਾਈਕਲ ਦੀ ਵੱਧਦੀ ਹੈ, ਜਿੱਦਾਂ ਇਹਨੂੰ ਖੋਲ੍ਹਦੇ ਗਏ ਜਿੱਥੇ ਜਾ ਕੇ ਬਿਲਕੁਲ ਰੇਸ ਮੋਟਰਸਾਈਕਲ ਦੀ ਵੱਧ ਗਈ ਨਾ, ਉੱਥੇ ਉਹਨੂੰ ਇਹਨੂੰ ਮਤਲਬ ਇਹਨੂੰ ਰਹਿਣ ਦੇਣਾ ਵਾ, ਉਸ ਤੋਂ ਬਾਅਦ ਰੇਸ ਘਟਾਉਣੀ ਆ, ਅਤੇ ਤੇਲ ਦੀ ਸੈਟਿੰਗ ਬਿਲਕੁਲ ਵਧੀਆ ਆ ਜੂਗੀ ਤੁਹਾਡੀ। ਆਹੀ ਕੁਝ ਜੋ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਸੀ, ਅਤੇ ਜਾਂ ਤੁਹਾਡੇ ਕਮੈਂਟਾਂ ਦੇ ਜਵਾਬ ਥੋੜ੍ਹੇ ਦਿੱਤੇ ਆ, ਬਾਕੀ ਜਿਹੜੇ ਮੇਰੇ ਵੀਰ ਭਰਾਵਾਂ ਦੇ ਰਹਿ ਗਏ ਮੈਂ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਕੋਸ਼ਿਸ਼ ਕਰੂੰਗਾ, ਕਿਉਂਕਿ ਨਾ ਉਹ ਲੱਭਣੇ ਪੈਂਦੇ ਆ ਕਮੈਂਟ ਦੁਬਾਰਾ, ਅਤੇ ਬਾਕੀ ਮੈਂ ਨਾਲ ਨਾਲ ਰਿਪਲਾਈ ਕਰਦਾ ਹੁੰਦਾ ਮੈਂ ਤੁਹਾਨੂੰ, ਅਤੇ ਇੱਦਾਂ ਕੋਈ ਚੱਕਰ ਵਾਲੀ ਗੱਲ ਨਹੀਂ ਆ ਵੀ ਕਮੈਂਟ ਦਾ ਜਵਾਬ ਨਹੀਂ ਦਊਂਗਾ, ਕਮੈਂਟ ਸਾਰਿਆਂ ਦਾ ਜਵਾਬ ਦਊਂਗਾ। ਅਤੇ ਬਸ ਜਿਹੜੀ ਚੀਜ਼ ਤੁਹਾਨੂੰ ਮੈਂ ਦੱਸਿਆ ਨਾ ਜਿੱਦਾਂ ਉਹ ਕਾਟਰ ਪਿੰਨ ਘੁਮਾਉਣ ਵਾਲਾ, ਉਹ ਮੈਂ ਥੋੜ੍ਹਾ ਔਖਾ ਵਾ ਮੇਰੇ ਵਾਸਤੇ, ਉਹ ਨਹੀਂ ਕਰ ਸਕਦਾ, ਉਹ ਮਕੈਨਿਕ ਵੇਖ ਲਓ ਤੁਹਾਨੂੰ ਜਿਹੜਾ ਕੋਈ ਚੰਗਾ ਟੱਕਰਦਾ ਵਾ ਉਹ ਤੁਹਾਨੂੰ ਦੱਸੂਗਾ, ਜਾਂ ਤੁਸੀਂ ਜੋ ਉਹਦੇ ਕੋਲ ਕਰਵਾ ਲਓ, ਆਪਣਾ ਇਹ ਕੰਮ ਨਹੀਂ ਨਾ ਹੈਗਾ ਅਤੇ ਨਾ ਮੈਂ ਤੁਹਾਨੂੰ ਦਿਖਾ ਸਕਦਾ ਵਾ। ਅਤੇ ਬਾਕੀ ਹੈਵੀ ਸਾਊਂਡ ਨੂੰ ਥੋੜ੍ਹਾ ਫਰਕ ਪੈਂਦਾ ਹੀ ਹੁੰਦਾ ਜੇ, ਐਵਰੇਜ ਦਾ ਵੀ ਫਰਕ ਪੈਣਾ ਜੇ। ਅਤੇ ਜਿੱਦਾਂ ਮੇਰਾ ਵੀਰ ਇੱਕ ਦਾ ਕਮੈਂਟ ਮੈਨੂੰ ਸੱਚੇ ਤਾਂ ਆ ਗਿਆ ਵਾ, ਉਹ ਪੁੱਛਣ ਡਿਆ ਵੀ ਓਲਡ ਮਾਡਲ ਜਦੋਂ ਅਸੀਂ ਇਹਨੂੰ ਕਰ ਦੇਈਦਾ ਰਿਟਾਇਰ ਮਾਰ ਦੇਈਦਾ ਵਾ ਪੂਰਾ ਹੈਵੀ ਸਾਊਂਡ ਕੀਤੀ ਹੁੰਦੀ ਆ, ਅਤੇ ਉਹਦੇ ਵਿੱਚ ਐਵਰੇਜ ਜ਼ਿਆਦਾ ਵਾਸਤੇ ਐਵਰੇਜ ਵਾਲੀ ਹੀ ਸੈਟਿੰਗ ਦੱਸੀ ਆ ਮੈਂ, ਉਹ ਜਿੱਦਾਂ ਉਹੜੀ ਜਿੱਥੇ ਤੇਲ ਜਿੱਦਾਂ ਕਹਿਣ ਡਿਆ ਨਾ ਅਤੇ ਸਪੀਡ ਜਿੱਥੇ ਸਭ ਤੋਂ ਜ਼ਿਆਦਾ ਵੱਧ ਜਾਂਦੀ ਆ, ਅਤੇ ਉੱਥੋਂ ਹੀ ਤੁਸੀਂ ਕਰਿਓ, ਅਤੇ ਉਹਦੇ ਨਾਲ ਹੀ ਹੋਣੀ ਐਵਰੇਜ। ਬਾਕੀ ਰਿਟਾਇਰ ਕੀਤਾ ਨਾ ਇੰਜਨ ਥੋੜ੍ਹਾ ਟਾਇਟ ਚੱਲਦਾ ਹੁੰਦਾ ਵਾ, ਅਤੇ ਉਹ ਫਿਰ ਤੇਲ ਜ਼ਿਆਦਾ ਮੰਗਦਾ,
ਤੇ ਉਹ ਤੇਲ ਥੋੜਾ ਵੱਧ ਵਧਾਉਣਾ ਪੈਂਦਾ ਉਹਨੂੰ। ਐਵਰੇਜ ਠੀਕ ਠਾਕ ਨਿਕਲ ਜਾਂਦੀ ਹੈ ਜਦੋਂ ਜਿੱਦਾਂ ਦੱਸਿਆ ਨਾ ਤੁਹਾਨੂੰ, ਉਦਾਂ ਕਰ ਲਓ ਉਦਾਂ ਨਿਕਲ ਜੂਗੀ। ਬਾਕੀ ਨੋਰਮਲ ਟਾਈਮਿੰਗ ਜਿਹੜੀ ਆ, ਨੋਰਮਲ ਟਾਈਮਿੰਗ ਥੋੜ੍ਹੀ ਜਿਹੀ ਮਤਲਬ ਰਿਟਾਇਰ ਕਰ ਲਓ, ਬਹੁਤਾ ਵੀ ਨਹੀਂ ਕਹਿੰਦਾ ਵੀ ਬਿਲਕੁਲ ਸਿੰਪਲ ਹੀ ਕਰ ਲੈਣਾ, ਥੋੜ੍ਹਾ ਜਿਹਾ ਰਿਟਾਇਰ ਰੱਖ ਕੇ ਅਤੇ ਫਿਰ ਕਰੋ ਵੀ ਜਿਹਦੇ ਨਾਲ ਥੋੜ੍ਹਾ ਤੇਲ ਦੀ ਐਵਰੇਜ ਵੀ ਕੱਢੀ ਜਾਵੇ ਅਤੇ ਮੋਟਰਸਾਈਕਲ ਆਵਾਜ਼ ਵੀ ਭਾਰੀ ਕੱਢੀ। ਕਿ ਆਈ ਹੋਪ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਏਗੀ, ਥੋੜ੍ਹੀ ਇਨਫੋਰਮੇਟਿਵ ਵੀ ਦੱਸੀ ਹੈ ਐਤਕੀ ਫਿਰ ਇਨਫੋਰਮੇਸ਼ਨ ਵੱਧ ਪਾ ਤੀ ਵੀਡੀਓ ਦੇ ਵਿੱਚ। ਅਤੇ ਬਾਕੀ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਹੈ, ਅਤੇ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ। ਧੰਨਵਾਦ।